ਇੱਥੇ ਇਕੱਠੇ ਹੋ ਕੇ ਆਪਣੀ ਪੁਰਾਣੀ ਮੰਗ ਦਾ ਦੁਬਾਰਾ ਅਸੀਂ ਇਜ਼ਹਾਰ ਕਰਨ ਵਾਸਤੇ ਇਕੱਠੇ ਹੋਏ ਹਾਂ। ਸਰ ਇੱਕ ਕਿੰਨੇ ਮਾਈਕ ਹਨ? ਆਇਨ ਦੇ ਅੰਦਰ ਲਿਖਿਆ ਹੋਇਆ ਆਰਟੀਕਲ 251 ਦੇ ਵਿੱਚ ਕਿ ਸੂਬਾਈ ਅਸੈਂਬਲੀਆਂ ਆਪਣੇ ਸੂਬਿਆਂ ਦੀਆਂ ਜ਼ਬਾਨਾਂ ਵਾਸਤੇ, ਉਹਨਾਂ ਦੇ ਵਾਅਦੇ ਵਾਸਤੇ, ਉਹਨਾਂ ਦੀ ਤਾਲੀਮ ਵਾਸਤੇ, ਉਹਨਾਂ ਦੇ ਵਿਚਾਰ ਨੂੰ ਫੈਲਾਉਣ ਵਾਸਤੇ ਆਪਣਾ ਆਪਣਾ ਕਿਰਦਾਰ ਅਦਾ ਕਰਨਗੇ। ਇਸ ਗੱਲ ਲਈ ਪ੍ਰਵੀਨ ਮਲਿਕ ਹੋਰਾਂ ਅਤੇ ਬਾਕੀ ਕਈਆਂ ਦੋਸਤਾਂ ਪੰਜਾਬੀ ਸੂਜਵਾਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਆਪਣੀ ਬੇਨਤੀ ਕੀਤੀ ਔਰ ਮੰਗ ਪਾਈ ਸੀ। ਉਹਦੇ 'ਤੇ ਇੱਕ ਆਰਡਰ ਵੀ ਹੋ ਗਿਆ ਸੀ। ਉਸ ਆਰਡਰ ਦੀ ਰੋਸ਼ਨੀ ਦੇ ਵਿੱਚ ਫਿਰ ਅਸੀਂ ਹਾਈ ਕੋਰਟ ਵੀ ਗਏ ਸਾਂ ਕਿ ਇਸ ਆਇਨ ਦੇ ਅੰਦਰ ਦਿੱਤਾ ਹੋਇਆ ਜਿਹੜਾ ਸਾਡਾ ਹੱਕ ਹੈਗਾ, ਉਸ ਹੱਕ ਨੂੰ ਸਾਨੂੰ ਦਿੱਤਾ ਜਾਏ ਔਰ ਸਵਾਈ ਅਸੈਂਬਲੀਆਂ ਜਿਹੜੀਆਂ ਨੇ ਉਹ ਆਪਣੇ ਸੂਬੇ ਦੀ ਜ਼ਬਾਨ ਵਾਸਤੇ ਆਪਣਾ ਕਿਰਦਾਰ ਅਦਾ ਕਰਨ। ਲੇਕਿਨ ਉੱਥੇ ਜਾ ਕੇ ਹਸਨ ਮੁਰਤਜ਼ਾ ਤੋਂ ਇਲਾਵਾ ਸਾਰੇ ਲੋਕ ਆਪਣੀ ਮਾਂ ਬੋਲੀ ਵਿੱਚ ਗੱਲ ਨਹੀਂ ਕਰਦੇ। ਸਾਡਾ ਇਹ ਮੁਤਾਲਬਾ ਹੈਗਾ ਕਿ ਪੰਜਾਬ ਅਸੈਂਬਲੀ ਦੀ ਕਾਰਵਾਈ ਵੀ ਪੰਜਾਬੀ ਦੇ ਵਿੱਚ ਹੋਣੀ ਚਾਹੀਦੀ ਹੈ ਔਰ ਪੰਜਾਬ ਦੇ ਜਿਹੜੇ ਨੁਮਾਇੰਦੇ ਨੇ ਔਰ ਜਿਹੜੇ ਲੋਕ ਪੰਜਾਬ ਦੇ ਵਿੱਚ ਆ ਕੇ ਬੈਠਦੇ ਨੇ ਐਵਾਨ ਦੇ ਵਿੱਚ, ਉਹਨਾਂ ਨੂੰ ਪੰਜਾਬੀ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਔਰ ਪੰਜਾਬੀ ਜ਼ਬਾਨ ਦੇ ਹਵਾਲੇ ਦੇ ਨਾਲ ਜਿਹੜੀ ਕਾਰਵਾਈ ਹੈਗੀ ਅਸੈਂਬਲੀ ਦੀ ਉਹ ਵੀ ਪੰਜਾਬੀ ਦੇ ਵਿੱਚ ਹੋਣੀ ਚਾਹੀਦੀ ਹੈ। ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਲਾਜ਼ਮੀ ਤਾਲੀਮ ਤਾਂ ਹੋਣੀ ਚਾਹੀਦੀ ਹੈ, ਲੇਕਿਨ ਇਹ ਲਾਜ਼ਮੀ ਮਜ਼ਮੂਨ ਦੇ ਤੌਰ 'ਤੇ ਵੀ ਬੀਏ ਤੱਕ ਪੜ੍ਹਾਉਣੀ ਚਾਹੀਦੀ ਹੈ। ਅਤੇ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਆਪਣੇ ਇਸ ਮੁਤਾਲਬੇ ਨੂੰ, ਆਪਣੀ ਇਸ ਮੰਗ ਨੂੰ ਦੁਬਾਰਾ ਅੱਜ ਇਕੱਠੇ ਹੋ ਕੇ ਆਪਣੀ ਉੱਚੀ ਆਵਾਜ਼ ਦੇ ਨਾਲ ਆਪਣੀ ਮੰਗ ਨੂੰ ਅਸੀਂ ਇਹ ਤਰਲਾ ਕਰਨੇ ਹਾਂ। ਅਸੀਂ ਇਹ ਬੇਨਤੀ ਕਰਨੇ ਹਾਂ ਕਿ ਸੂਬੇ ਦੇ ਵਿੱਚ ਇਸ ਜ਼ਬਾਨ ਦੀ ਤਰਵੀਜ ਵਾਸਤੇ ਔਰ ਇਹਦੇ ਵਾਧੇ ਵਾਸਤੇ ਆਪਣਾ ਕਿਰਦਾਰ ਅਦਾ ਕੀਤਾ ਜਾਏ। ਬੜੀ ਮਿਹਰਬਾਨੀ। ਔਰ ਅੱਜ ਜਿਹੜੇ ਸਾਰੇ ਦੋਸਤ ਅਸੀਂ ਆਏ ਹਾਂ, ਅਸੀਂ ਆਪਣੀ ਮਾਂ ਬੋਲੀ ਦੇ ਜ਼ਾਮਨ ਬਣ ਕੇ ਸਾਰੀ ਜ਼ਿੰਦਗੀ ਜਦੋਂ ਜੋ ਜਾਰੀ ਰੱਖਾਂਗੇ। ਥੈਂਕ ਯੂ ਵੈਰੀ ਮਚ।